ਜੀ ਫਿਰ ਸਿੰਘਾ ਜੀ ਇੱਕ ਕਲਾਕਾਰ ਆਪਣੇ ਇੰਡੀਆ ਤੋਂ, ਇਹਨੇ ਜੀ ਲਾਈਵ ਹੋਇਆ ਇਹ, ਕਹਿੰਦਾ ਮੈਂ ਗੈਂਗਲੈਂਡ ਗਾਣਾ ਕਰਤਾ ਜੀ, ਉਦੋਂ ਬਾਅਦ ਅਰਿਜਨਲ ਗੈਂਗਲੈਂਡ। ਉਹ ਸਪੀਡ ਵਾਲਿਆਂ ਨੇ ਉਹਦੇ 'ਤੇ ਕਾਪੀ ਕਲੇਮ ਵੀ ਮਾਰਿਆ, ਚਲੋ ਉਹ ਗਾਣਾ ਆਪਾਂ ਮੋੜ ਲਿਆਂਦਾ ਕਿਸੇ ਲੁੱਟ ਕਹਿ ਖਾ ਕੇ। ਇਹਨੇ ਜੀ ਮੁੜ ਕੇ ਲਾਈਵ ਹੋ ਕੇ ਕਿਹਾ, ਇਹ ਆ ਛੋਟਾ ਆਪਣਾ, ਪਹਿਲੀ ਗੱਲ ਤਾਂ ਜੀ ਜੇ ਮੇਰੇ ਬਰਾਬਰ ਖੜਾ ਦੋ ਤੁਸੀਂ ਉਹਨੂੰ, ਮੇਰੀ ਲੱਤ ਅਰਗਾ ਵੀ ਹੈ ਨਹੀਂ ਉਹ, ਹੈ ਨਾ ਜੀ, ਬਾਬੇ ਦੀ ਮਿਹਰ ਨਾਲ ਆਪਣੀ ਸਿਹਤ ਬਹੁਤ ਤਕੜੀ ਆ। ਦੂਜੀ ਗੱਲ ਫਿਰ ਉਹ ਕਹਿੰਦਾ ਜੀ ਐਂ ਕਰਕੇ ਡਿੱਗੀ 'ਚ ਪਾ ਕੇ ਲੈ ਜਾਵਾਂਗੇ। ਉਹ ਬੰਦਾ ਲਾਈਵ ਹੋਇਆ ਜੀ, ਉਹਨੂੰ ਤਕਲੀਫ ਹੋਈ, ਪਤਾ ਨਹੀਂ ਕਿਹੜੀ ਗੱਲੋਂ ਤਕਲੀਫ ਹੋਈ, ਮੈਨੂੰ ਨਹੀਂ ਪਤਾ, ਜਾਂ ਉਹਨੇ ਮਾਰਕੀਟ 'ਚ ਬਹੁਤ ਟਾਈਮ ਤੋਂ ਵਿਚਾਰਾ ਜ਼ੋਰ ਲਾ ਰਿਹਾ, ਉਹ ਨਹੀਂ ਚੱਲਿਆ ਹੋਣਾ, ਉਹਨੂੰ ਇਹ ਤਰੀਕਾ ਲੱਭਿਆ ਕਿ ਆਹ ਤਰੀਕਾ ਲੱਭ ਲੈਂਦੇ ਹਾਂ ਕੁਛ ਵੀ। ਮੈਂ ਉਹ ਮੇਰੀ ਪ੍ਰਸਕ੍ਰਿਪਸ਼ਨ ਆ ਜੀ, ਮੈਂ ਆਪਦੇ ਵੱਲੋਂ ਐਗਜ਼ਾਮਪਲ ਦੇ ਰਿਹਾ, ਉਹਦੇ ਦਿਮਾਗ 'ਚ ਕੀ ਆ ਮੈਨੂੰ ਨਹੀਂ ਪਤਾ, ਉਹਦਾ ਲਾਈਵ ਹੋਇਆ ਜੀ। ਮੈਨੂੰ ਬੜੀ ਤਕਲੀਫ ਹੋਈ, ਮੈਂ ਕਿਹਾ ਯਾਰ ਇਹ ਬੰਦੇ ਨੂੰ ਕੁਛ ਕਿਹਾ ਨਹੀਂ, ਕੁਛ ਬਾਸਦਾ ਨਹੀਂ, ਨਾਲੇ ਚਲੋ ਡਿੱਗੀ ਡੁੱਗੀ 'ਚ ਪਾ ਵੀ ਲੈਂਦੇ ਆ ਜੀ ਬੰਦੇ, ਜਿਨ੍ਹਾਂ ਦੀ ਹੈਗੀ ਉਹ ਪਾ ਵੀ ਲੈਂਦੇ, ਐਡੀ ਵੀ ਕੋਈ ਗੱਲ ਨਹੀਂ, ਪਰ ਬੰਦਾ ਕੋ ਬੰਦਾ ਦੇਖ ਕੇ ਬੰਦੇ ਨੂੰ ਬੋਲਣਾ ਚਾਹੀਦਾ। ਜੇ ਡਿੱਗੀ 'ਚ ਪਾਉਣੇ ਸੀ ਭਾਈ, ਇੰਡੀਆ ਹੀ ਰਹਿੰਦੇ ਹਾਂ, ਬਹੁਤ ਵਾਰੀ ਆ ਗਏ, ਬਹੁਤ ਵਾਰ ਚੱਲ ਗਏ, ਸਾਰੀ ਦੁਨੀਆਂ ਨੂੰ ਪਤਾ ਮੇਰਾ ਘਰ ਕਿੱਥੇ ਆ। ਤੱਬੀ ਰਾਜੀ ਫਿਰ ਕਿਸੇ ਦਿਨ ਪਾ ਲਈ ਡਿੱਗੀ 'ਚ, ਜਿੱਦਣ ਡਿੱਗੀ 'ਚ ਪਾਏਗਾ ਉੱਦਣ ਗੱਲਾਂ ਕਰਾਂਗੇ, ਇਹੀ ਗੱਲ ਹੈ ਜੀ ਬਸ ਭਾਈ ਜੀ।